जो दिन आवे सो दिन जाही, जो दिन आवे सो दिन जाही। करना कुछ रहन ਸਤਿਆਰਿਆ ਸਿੱਖੀ ਸਿੱਖਾਂ
ਮਹਾਂਪੁਰਸ਼ਾਂ ਦੀ ਪਾਵਨ ਕਮਾਈ ਦਾ ਤਿਆਗ ਕਰਦੇ ਵਾਲੋ ਜੀ ਨਾਨਕ ਸਿੰਘਾਂ ਸਿੰਘਰੀਆਂ ਨੇ ਧਰਤੀ ਸੀਸ ਦਿੱਤੇ ਬੰਦ ਕਟਾਏ ਕੁਪੜੀਆਂ ਦਵਾਈਆਂ ਚਰਖੜੀਆਂ ਤੜੇ ਤਾਂ ਨਾਰਿਆਂ ਨਾਲ ਕਰਾਏ ਗੁਰਦੁਆਰੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਜੇ ਦਰੋਂ ਕੋਲੋਂ ਵਸਾਏ ਜਥੇਦਾਰ ਭਾਈ ਪੰਡਿਤ ਸਿੰਘ ਜੀ ਪੰਚ ਸ੍ਰੀ ਦਾ ਤਿਆਗ ਕਰਕੇ ਇਸ ਸੰਸਾਰ ਨੂੰ ਵਿਦਾ ਕਹਿ ਕੇ ਸਤਿਗੁਰੂ ਦੀ ਅਕਾਲ ਚਰਨ ਕੀਤਾ ਸੀ ਪਹਿਲਾਂ ਦੇ ਸਮੂਹ ਪਰਿਵਾਰ ਨੇ ਮਿਲ ਕਰਕੇ ਸਤਿਗੁਰੂ ਉਹਨਾਂ ਦੇ ਸਾਹਿਬ ਉਹਨਾਂ ਦੇ ਆਤਮਾ ਦੀ ਸ਼ਾਂਤੀ ਦੇ ਆਪ ਜੀ ਦੇ ਸਨ ਉਸੇ ਸਨ ਧੁਰਤੀ ਬਾਣੀ ਆਏ ਪੰਸਾਗਰੀ ਸਿੰਘ ਪਟਾਏ ਰੱਬੇ ਬਾਣੀ ਅਕਾਲੀ ਬਾਣੀ ਦੇ ਪ੍ਰਵਾਹ ਸ੍ਰੀ ਸਾਹਿਬ ਪਾਠ ਆਰੰਭ ਹੋਵੇ ਸਨ ਜਿਨ੍ਹਾਂ ਦੇ ਅੰਮ੍ਰਿਤ ਵੇਲੇ
Yeah.
ਫਮਾਈ ਥੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਉਪਜੈ ਨਿਪਜੈ ਨਿਤ ਸਮਾਈ ਨੈਨੂ ਦੇਖਤ ਇਹ ਜਗ ਜਾਈ ਅਟਲ ਸਚਾਈ ਕਾਲ ਪਰਮਾਤਮਾ ਜੋ ਕੁਛ ਦਿਨ ਪਹਿਲਾਂ ਸਾਡੇ ਵਿੱਚੋਂ ਸਾਰਿਆਂ ਦੇ ਅਜ਼ੀਜ਼ ਜਥੇਦਾਰ ਦੁੱਖ ਭੰਜਨ ਸਿੰਘ ਜੀ ਜੋ ਸੰਸਾਰ ਦੀ ਯਾਤਰਾ ਪੂਰੀ ਕਰਕੇ ਅਕਾਲ ਚਲਾਣਾ ਕਰ ਗਏ ਉਹਨਾਂ ਦੇ ਨਵੇਂ ਆਤਮਿਕ ਸ਼ਾਂਤੀ ਲਈ ਸਾਰੇ ਪਰਿਵਾਰ ਵੱਲੋਂ ਗੁਰੂ ਘਰ ਦੇ ਵਿੱਚ ਵੈਰਾਗਮਈ ਕੀਰਤਨ ਪ੍ਰਾਰੰਭ ਕਰਵਾਏ ਨੇ। ਸਾਰੀਆਂ ਸੰਗਤਾਂ ਨੂੰ ਨਿਮੰਤਰਣ ਬੇਨਤੀ ਹੈ ਭਾਈ ਸਮੇਂ ਮੁਤਾਬਕ ਲੰਗਰ ਪਾਣੀ ਛੱਕ ਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੋ ਜੋ ਜਿਨ੍ਹਾਂ ਦੀ ਮਹਾਨ ਸੇਵਾ ਸੀ ਸਾਰੀ ਉਮਰਾਂ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਸੇਵਾ ਦੇ ਵਿੱਚ ਲਾਇਆ ਜਿਸ ਸਥਾਨ 'ਤੇ ਅੱਜ ਆਪਾਂ ਰੱਬੀ ਬਾਣੀ ਦੇ ਕੀਰਤਨ ਪ੍ਰਵਾਹ ਚੱਲ ਰਹੇ ਨੇ ਇਸ ਸਥਾਨ 'ਤੇ ਵੀ ਉਹਨਾਂ ਦੀ ਬਹੁਤ ਵੱਡੀ ਦੇਰ ਕਿ ਉਹਨਾਂ ਨੂੰ ਇਹ ਸੁਭਾਗਾ ਸਮਾਂ ਪ੍ਰਾਪਤ ਹੋਇਆ ਕਿ ਜਦੋਂ ਗੁਰੂ ਨਾਨਕ ਦਰਬਾਰ ਚਰਨ ਛੋਹ ਪ੍ਰਾਪਤ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਇਸ ਸਥਾਨ 'ਤੇ ਪਹਿਲਾ ਟੱਕ ਲਾਇਆ ਜਦੋਂ ਪੰਜ ਪਿਆਰਿਆਂ ਨੇ ਪੰਜ ਸਿੰਘਾਂ ਨੇ ਉਹਨਾਂ ਦੇ ਵਿੱਚ ਵੀ ਭਾਈ ਪੰਜਾ ਸਿੰਘ ਜੀ ਸ਼ਮੂਲੀਅਤ ਕੀਤੀ ਸੀ। ਅੱਜ ਉਹਨਾਂ ਦੀ ਯਾਦ ਸਾਰਾ ਪਿੰਡ ਨਿਵਾਸੀ ਦੂਰੋਂ ਦਰੇਡੀਓ ਚੱਲ ਕੇ ਆਈਆਂ ਸੰਗਤਾਂ ਅਰਦਾਸ ਵਿੱਚ ਸ਼ਮੂਲੀਅਤ ਕਰਨ ਵਾਸਤੇ ਹਾਜ਼ਰੀਆਂ ਭਰੀਆਂ ਨੇ। ਆਓ ਠੀਕ ਤਕਰੀਬਨ ਡੇਢ ਵਜੇ ਦੇ ਨਾਲ ਅਰਦਾਸ ਹੋਣੀ ਹੈ ਜਿਸ ਵਿੱਚ ਮਹਾਂਪੁਰਸ਼ ਵੀ ਪਹੁੰਚ ਰਹੇ ਨੇ। ਸੰਗਤਾਂ ਨੂੰ ਆ ਕੇ ਇਸ ਜੀਵਨ ਦੇ ਪ੍ਰਥਾਏ ਪ੍ਰਵਚਨ ਕਰਨਗੇ, ਗੁਰਬਾਣੀ ਪ੍ਰਥਾਏ ਸੇਧ ਦੇ ਕੇ ਅਤੇ ਆਪਣੇ ਜੀਵਨ ਨੂੰ ਕਿਸ ਤਰੀਕੇ ਗੁਰੂ ਵਾਲਾ ਬਣਾ ਕੇ ਸਫਲਾ ਕਰਨਾ ਹੈ। ਆਓ ਹਾਜ਼ਰੀਆਂ ਭਰ ਕੇ ਆਪਾਂ ਸਾਰੇ ਮਨ ਵਿਅਕਤੀਆਂ ਨੂੰ ਥੋੜ੍ਹੀ ਦੇਰ ਇਕਾਗਰ ਚਿੱਤ ਕਰੀਏ, ਗੁਰੂ ਕੀਰਤਨ ਦੇ ਨਾਲ ਜੁੜ ਕੇ ਕਿ ਸ਼ੇਖ ਹਯਾਤੀ ਜਗ ਨਾ ਕੋਈ ਫਿਰ ਰਹਿਆ ਜਿਸ ਆਸਣ ਹਮ ਬੈਠੇ ਕੀਤੇ ਬੈਸ ਗਿਆ ਨਾ ਕੋਈ ਫਿਰ ਰਹਿਆ ਜਿਸ ਆਸਣ ਸ਼ੇਖ ਹਯਾਤੀ ਜਗ ਨਾ ਕੋਈ ਫਿਰ ਰਹਿਆ।
जैसे रहन परोहने कुछ चल से परवार क्या तुम रत्ता गृहस्थ सो सब पुत्र की बागार मेरी मेरी क्या करें जिन दिया सो प्रभ लोड सर्प उठी चलना षड जासी लख करोड़ लख चौरासी परमतिया दुर्लभ जन्म पायो नानक नाम समाल सो दे नेड़ा आए अटल सच्चाई अकाल रूप परमात्मा सृष्टि का रचनहार करता जिसने ये रचना रची है जो उपजो सो गिरस है परो आज कहकार नानक हर गुण गाय लै शाठ सगल जन जा मंडल में आए जीवन सच है हरेक इंसान आज दे समय विच विज्ञान का जो पढ़िया लिखिया इंसान है हरेक सुन रहे है पढ़ रहे है विचार रहे है ये अखां नाल नजारा भी तकद है जो Thank you.
Thank you.
ਆਪਣੀ ਅਜਿਹੇ ਸਭਾ ਸੰਗਤਾਂ ਬਹੁਤ ਹੀ ਸਤਿਕਾਰਯੋਗ ਪਵਿੱਤਰ ਆਤਮਾ ਜਥੇਦਾਰ ਦੁੱਖ ਭੰਜਨ ਸਿੰਘ ਜੀ ਉਹਨਾਂ ਦੀਆਂ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਹੋ, ਜੋ ਕਿ ਸਤਿਗੁਰ ਦੇ ਬਾਣੇ ਦੇ ਅਨੁਸਾਰ ਉਸਦੀ ਰਜਾ ਦੇ ਅੰਦਰ ਇਸ ਸਾਂਝੀ ਦੁਨੀਆਂ ਨੂੰ ਸਦਾ ਵਾਸਤੇ ਅਲਵਿਦਾ ਕਹਿ ਗਏ ਨੇ। ਦਸ ਤੋਂ ਪਹਿਲਾਂ ਸਤਿਗੁਰੂ ਦੇ ਪਾਵਨ ਦਰਬਾਰ ਦੇ ਜੁਰੀ ਰਾਗੀ ਜਥੇਦਾਰ ਸਾਹਿਬਾਨ ਆਪ ਜੀ ਦੇ ਨਾਲ ਗੁਰਮੰਦੀਆਂ ਵਿੱਚ ਵਿਰਾਗ ਲਈ ਵਿਚਾਰਾਂ ਸਾਂਝੀਆਂ ਕਰ ਰਹੇ ਸੀ, ਵਿਰਾਗ ਦੇ ਪ੍ਰਵਚਨ ਕਰ ਰਹੇ ਸੀ। ਇਹ ਜੋ ਪ੍ਰੋਗਰਾਮ ਹੈ ਸਤਸੰਗ ਜੀ, ਇਸ ਨੂੰ ਸ਼੍ਰੋਮਣੀ ਪ੍ਰੋਗਰਾਮ ਜਾਂ ਵੈਰਾਗਮਈ ਪ੍ਰੋਗਰਾਮ ਆਖਿਆ ਜਾਂਦਾ ਹੈ। ਇਹਦੇ ਵਿੱਚ ਸਤਿਗੁਰ ਦੇ ਉਹਨਾਂ ਪ੍ਰਵਚਨਾਂ ਦੀ ਸਾਂਝ ਪਾਈ ਜਾਂਦੀ ਹੈ ਜੋ ਸਾਡੇ ਜੀਵਨ ਦੇ ਅੰਦਰ ਵੈਰਾਗ ਦਾ ਉਪਦੇਸ਼ ਦਿੰਦੇ ਨੇ। ਦੋ ਹੀ ਬੰਦੇ ਨੇ ਜੋ ਮੰਨੇ ਗਏ ਨੇ ਗੁਰਬਾਣੀ ਅੰਦਰ, ਰਾਮ ਤੇ ਵੈਰਾਗ। ਜੁਗਣਾ ਕਿੱਥੇ ਹੈ ਤੇ ਟੁੱਟਣਾ ਕਿੱਥੋਂ ਹੈ, ਦੋ ਗੱਲਾਂ ਬੜੀਆਂ ਅਹਿਮ ਨੇ ਜੀ। ਦੂਜਾ ਪਰ ਪਰਮੇਸ਼ਰ ਦਾ ਸਾਡੇ ਮਨ ਦੀ ਜਿਹੜੀ ਅਵਸਥਾ ਹੈ ਉਹ ਕੀ ਹੈ, ਸਾਡਾ ਮਨ ਕਿਸ ਪੱਖ ਨਾਲ ਜੁੜਿਆ ਹੋਇਆ ਹੈ, ਦੁਨੀਆਦਾਰੀ ਨਾਲ ਹੈ ਜਾਂ ਪਰਮੇਸ਼ਰ ਨਾਲ ਹੈ। ਦੀ ਜਿਹੜੀ ਹੈ ਉਹ ਦੁਨੀਆਦਾਰੀ ਨਾਲ ਜੁੜੀ ਹੋਈ ਹੈ। ਦੁਨੀਆਦਾਰੀ ਨਾਲ ਜੁੜੀ ਹੋਈ ਹੈ, ਬਹੁਤ ਘੱਟ ਐਸੁਰੇ ਹੋਏ ਨੇ ਉਹ ਵੈਰਾਗ ਦੀ ਅਵਸਥਾ ਵਿੱਚ ਨੇ। ਇਸ ਕਰਕੇ ਇਹ ਸਮਾਗਮ ਹੈ ਜਿਹੜਾ, ਇਹਨੂੰ ਵੈਰਾਗਮਈ ਸਮਾਗਮ ਦਾ ਦਰਜਾ ਕਿਉਂ ਦਿੱਤਾ ਗਿਆ, ਤਾਂ ਕਰਕੇ ਇਹਦੇ ਵਿੱਚ ਉਹ ਵਿਚਾਰਾਂ ਹੋਣਗੀਆਂ ਜਿਹੜੀਆਂ ਪਰਮੇਸ਼ਰ ਦੇ ਨਾਲ ਜੋੜਨਗੀਆਂ, ਜਿਹੜੀਆਂ ਰੱਬ ਨਾਲ ਜੋੜਨਗੀਆਂ। ਸਤਿਗੁਰ ਦੀ ਬਾਣੀ ਬੜੀ ਅਗਾਂਹ ਬੋਧ ਹੈ। ਸੱਚੇ ਪਾਤਸ਼ਾਹ ਮਹਾਰਾਜ ਆਪਣੀ ਬਾਣੀ ਦੇ ਅੰਦਰ ਬਹੁ ਪੱਖੀ ਵਚਨ ਕਰਦੇ ਨੇ। ਸਰਵਪੱਖੀ ਬਾਣੀ ਦੇ ਅੰਦਰ ਬਹੁ ਪੱਖੀ ਵਚਨ ਜਿਹੜੇ ਵੈਰਾਗ ਦੇ ਆਉਂਦੇ ਨੇ, ਇਹ ਵੀ ਪਰਮੇਸ਼ਰ ਦੇ ਨਾਲ ਜੁੜਨ ਦੇ ਵਾਸਤੇ ਇਹ ਜਨਮ ਸਾਨੂੰ ਪ੍ਰਾਪਤ ਹੋ ਰਿਹਾ। ਗੁਰ ਸੇਵਕ ਦੇ ਭਗਤ ਕਮਾਈ ਤਬ ਇਹ ਮਾਨਸ ਦੇ ਪਾਈ, ਇਸ ਜਨਮ ਦੀ ਬੈਕਗ੍ਰਾਉਂਡ ਕਿਹਾ ਹੈ, ਮਿਲਿਆ ਮਨੁੱਖਾ ਦੇ ਹੀ ਵਰਗੀ ਹੈ। ਗੁਰ ਸੇਵਾ ਤੇ ਭਗਤ ਕਮਾਈ, ਹੁਣ ਇਹ ਦੇਹੀ ਹੈ ਜਿਹੜੀ ਨਾਮ ਸੇਵਾ ਸਿਮਰਨ ਵਾਲਾ ਜੀਵਨ ਬਣਾਉਣਾ ਪੈਣਾ ਹੈ, ਤਾਂ ਤੇਰਾ ਜਨਮ ਸਫਲ ਹੋਣਾ। ਫਿਰ ਇਹ ਜਨਮ ਸਫਲ ਹੈ ਨਹੀਂ ਫਿਰ ਕੀ ਹੈ, ਜੇ ਨਹੀਂ ਜੁੜਾਂਗੇ ਫਿਰ ਕੀ ਹੈ। ਕੋਈ ਬੰਦਾ ਆਪਣਾ ਜੀਵਨ ਦੇ ਅੰਦਰ ਕੰਮ ਕਰ ਰਿਹਾ ਹੈ, ਹਰ ਉਮਰ ਵਿੱਚ ਬੰਦਾ ਆਪਣੇ ਸ਼ਬਦ ਉਹਨੂੰ ਕਾਚ ਸਹਿਰਾ ਚਾਲ ਨਹੀਂ ਕਰਦੀ ਰਹਿ ਵਰਿਆ ਕੋ ਕਿਉਂ
ਅਨੇਕਾਂ ਪ੍ਰਕਾਰ ਦੀਆਂ ਗੱਲਾਂ ਉਹਨਾਂ ਦੀਆਂ ਸਤਿਗੁਰ ਪੂਰਨ ਹਰ ਹਰ ਬਖਸ਼ਾਂ ਦਾ ਪੈਦਾ ਹੋ ਗਈ। ਹੋਏ ਭੁੱਖ ਚੁੱਕ ਦੀ ਕਿਰਪਾ ਉਸਦੇ ਅੰਗਿਆਂ ਵਾਸਤੇ ਸੁਮਤ ਬਖਸ਼ਣੀ ਤੇ ਤਸਕਾਰ ਸਾਵਧਾਨ ਦਾ ਸ਼ਰਧਾ ਭਾਵਨਾ ਪੈ ਭਾਵਨੀ ਦਾ ਸਤਿਕਾਰ ਗੁਜ਼ਰਿਆ ਕਰਕੇ ਪਾਵਨ ਦਾ ਕਰਦੀ ਸੇਵਾ ਨੂੰ ਆਪਣਾ ਹਰ ਬਖਸ਼ੀ ਕਰਨਾ ਬੜੀ ਸੁਖ ਗੁਰਬਾਣੀ ਆਪ ਜੀ ਨੇ ਪ੍ਰਵਾਨ ਕਰ ਲਈ। ਸਤਿਗੁਰੂ ਦੀ ਕਿਰਪਾ ਕਰ ਰਹੇ ਰਹਿਣ ਪਿਤਾ ਨੇ ਆਪਣੇ ਚਰਨਾਂ ਨਾਲ ਸੱਜੇ ਨਾਲ ਆਓ ਕਿਰਪਾ ਕਰਕੇ ਯੋਗ ਚਰਨਾਂ ਸੰਬੰਧਿਤ ਸਤਿਗੁਰੂ ਦੀ ਆਤਮਾ ਦਾ ਕਰਨਾ ਸੁਣੋ। ਪਿਛਲੇ ਪਰਿਵਾਰ ਨੂੰ ਸੁੱਕੇ ਸੁਣੀਆਂ ਨੂੰ ਭਾਵਨਾ ਨੂੰ ਮੰਨਣ ਦਾ ਫਲ ਬਖਸ਼ਿਤ ਕਰਨਾ ਸੁਣੋ ਜੀ। ਸਾਰੇ ਸੰਗਤਾਂ ਦੀ ਹਾਜ਼ਰੀ ਦਾ ਪ੍ਰਬੰਧ ਕਰਨ ਕਿਰਪਾ ਕੀਤਾ ਤਿਲ ਸ਼ੁਭ ਪ੍ਰਵਾਨ ਕਰਨਾ ਸਤਿਗੁਰੂ ਜੀ। ਜੇ ਰੂਪ ਦਾ ਰਾਮ ਨਾਮ ਸਿੱਖੀ ਸੁਖ ਭਰੋਸਾ ਬਖਸ਼ਣ ਪਾਵਨ ਸਥਾਨ ਦੀ ਯਾਤਰਾ ਸਫਲੀ ਕਰਨ ਕੀਤੀ ਸਤਸੰਗ ਸਫਲੀ ਕਰਨੀ ਸਤਿਗੁਰੂ ਜੀ। ਆਪ ਜੀ ਵਾਸਤੇ ਉਹਨਾਂ ਦੀ ਯਾਦ ਆਪਣਾ ਸੁੰਦਰ ਸ਼ਕਤ ਸਵੈ ਸਵੇਰ ਪਿੰਡ ਚਾਂਦੀ ਸਾਹਿਬ ਸੰਪੂਰਨ ਸ਼ਕਤੀ ਕਰਵਾ ਕੇ ਸਤਿਗੁਰੂ ਜੀ ਨੂੰ ਪਰਿਵਾਰ ਨੇ ਕਿਰਪਾ ਕੀਤਾ ਆਪ ਕਿਰਪਾ ਕਰਕੇ ਪ੍ਰਵਾਨ ਨਾ ਕਰਨ ਇਹੋ ਸੱਜਣਾ ਸਿੱਖੜੀਆਂ ਨੇ ਹੋਰ ਸਖਤ ਹੋਵੇ ਸਤਿਗੁਰੂ ਸਮਿਆਂ ਦੇ ਚਰਨਾਂ ਮੇ ਲੈਣ ਆਈ ਸੰਗਤ ਦੀ ਹਾਜ਼ਰੀ ਦਾ ਪ੍ਰਵਾਨ ਕਰ ਦੋਸ਼ੀਆਂ ਦਾਤਾਂ ਦੀ ਸਬਰ ਪਵਿੱਤਰਾ ਤੁਸ਼ਾ ਦੇਗ ਹਾਜ਼ਰ ਹੈ ਕਰੀ ਪਾਕ ਸਾਲ ਸੁਰ ਪਵਿੱਤਰਾ ਹੁਲਾਮ ਭੋਗ ਹਰਾਇਆ ਜੀ ਦੀ ਰਸਮਾਂ ਭੋਗ ਲੱਗੇ ਸਿੱਖ ਪ੍ਰਸ਼ਾਦ ਸੰਗਤ ਵਿਦਵਾਨ ਪਾਉਣ ਦੀ ਆਗਿਆ ਹੋਵੇ ਜੋ ਜੀ ਸ਼ਗਤ ਸਵਾਲ ਸਵਾਲ ਸੰਤ ਨਾਮ ਸ਼੍ਰੀ ਵਾਹਿਗੁਰੂ ਪੰਜਾਬ ਦੇ ਉੱਤੇ ਸ੍ਰੀ ਮੁੱਖ ਪਾਤਾਂ ਦੀ ਬਖਸ਼ਿਸ਼ ਕਰੋ ਦਰ ਅੰਗ ਸੰਗਤਾਂ ਨੂੰ ਕਿਰਤਾਰਥ ਕਰੋ ਜੀ ਸੁਖ ਹੋਵੇ ਨਾਮ ਚਿਤਾਵੇ ਸਿੱਖ ਪੜ੍ਹਦੇ ਸੁਣਦੇ ਸਰਬੰਤ ਰਾਜਵੰਦ ਹੋਣ ਸੇ ਪਿਆਰੇ ਮੈਂ ਜਿੰਨਾ ਮੇਰਾ ਪਵਿੱਤਰ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇ ਵਾਹਿਗੁਰੂ ਜੀ ਕਾ ਖਾਲਸਾ।
ਜੋ ਗੁਰ ਦੀ ਸ਼ਾਨ ਉਹ ਤੂਫਾਨ ਸਰਾਂ ਲਈ ਸਾਡੇ ਤੋਂ ਉਹ ਸ਼ਾਨ ਨੂੰ ਸਮੇਟ ਕੇ ਚਲਿਆ ਗਿਆ। ਆਪਾਂ ਅੱਜ ਸਾਰੇ ਜਥੇਦਾਰ ਭੱਜਣ ਸਿੰਘ ਜੀ ਜੋ ਪਿਛਲੇ ਦਿਨ ਹੀ ਪਰਮਾਤਮਾ ਦੇ ਵੱਲੋਂ ਖਾਲ ਹੁਕਮ ਜਿਹੜਾ ਜੀ ਵੀ ਲਿਖਿਆ ਕਿਹਾ ਹੁਕਮ ਕਮਾਏ ਘੱਲੇ ਆਵੇ ਨਾਨਕਾ ਸਦੇ ਉੱਠ ਜਾਏ ਮਹਾਂਪੁਰਖ ਸਾਧ ਸਾਨੂੰ ਸਾਰਿਆਂ ਨੂੰ ਸਦੀਵ ਪਿਛੋੜਾ ਦੇ ਕੇ ਚਲੇ ਗਏ ਸਨ ਉਹਨਾਂ ਦੀਆਂ ਉਮਰਦਾਸ ਵਿੱਚ ਆਪਾਂ ਸ਼ਾਮਿਲ ਹੋਏ ਹਾਂ। ਸੋ ਸਾਧ ਸੰਗਤ ਜਾਣਾ ਸਾਹਮਣੇ ਹੈ ਜੋ ਆਇਆ ਸੋ ਜਲ ਸੀ ਸਭ ਕੋਈ ਵਾਰੀ ਹੈ ਪਰ ਜੋ ਪਰਮਾਤਮਾ ਨੇ ਸਾਨੂੰ ਸੁਵਾਸ ਦਿੱਤੇ ਨੇ ਉਹ ਸੁਵਾਸਾਂ ਨੂੰ ਉਸਦੇ ਹੁਕਮ ਵਿੱਚ ਆਪਾਂ ਸੱਚ ਕਿਸਰਾ ਲਾਉਣਾ ਹੈ। ਦੇਖਣ ਵਾਲੀ ਚੀਜ਼ ਇਹ ਹੁੰਦੀ ਹੈ ਜਿਸ ਤਰ੍ਹਾਂ ਜਥੇਦਾਰ ਭੁਪਿੰਦਰ ਸਿੰਘ ਜੀ ਜਿਹਨਾਂ ਦੇ ਤਕਰੀਬਨ ਪਰਿਵਾਰਕ ਮੈਂਬਰ 70-75 ਨੇ ਉਹਨਾਂ ਵਿੱਚੋਂ ਤਕਰੀਬਨ ਅੱਧੇ ਮੈਂਬਰ ਬਾਹਰ ਵਰਲਡ ਵਿੱਚ ਕੋਈ ਆਸਟ੍ਰੇਲੀਆ ਕਨੇਡਾ ਜਾਂ ਇੰਗਲੈਂਡ ਵਿੱਚ ਰਹਿੰਦੇ ਨੇ ਅਤੇ ਤਕਰੀਬਨ ਅੱਧਾ ਪਰਿਵਾਰ ਆਪਣੇ ਏਰੀਆ 'ਚ ਬੜੇ ਵਧੀਆ ਕਾਰੋਬਾਰ ਕਰ ਰਹੇ ਨੇ। ਇਹਨਾਂ ਦੇ ਜੋ ਜਥੇਦਾਰ ਭੁਪਿੰਦਰ ਸਿੰਘ ਸੀ ਇਹ 10 ਭੈਣ ਭਰਾ ਚੋਂ ਸਾਰਿਆਂ ਤੋਂ ਵੱਡੇ ਸੀ। ਵੱਡੇ ਹੋਣ ਦੇ ਨਾਤੇ ਇਹਨਾਂ ਦੇ ਨਾਲ ਜਿੱਥੇ ਭੈਣ ਭਰਾਵਾਂ ਦੀ ਬਤੌਰ ਭੈਣ ਭਰਾ ਸੇਵਾ ਕੀਤੀ ਉੱਥੇ ਇਹਨਾਂ ਦਾ ਰੋਲ ਇੱਕ ਬਾਪ ਦਾ ਰੋਲ ਵੀ ਸੀ। ਇਹਨਾਂ ਨੇ ਸਮੁੱਚੇ ਪਰਿਵਾਰ ਨੂੰ ਇੱਕ ਬਾਪ ਦਾ ਰੋਲ ਨਿਭਾ ਕੇ ਚੰਗਾ ਪੜ੍ਹਾਇਆ ਲਿਖਾਇਆ ਅਤੇ ਇੱਕ ਸਮਾਜ ਵਿੱਚ ਅੱਗੇ ਸੇਧ ਦਿੱਤੀ ਤਾਂ ਜੋ ਸਾਰਾ ਪਰਿਵਾਰ ਬਹੁਤ ਹੀ ਅੱਛੇ ਤਰੀਕੇ ਨਾਲ ਆਪਣਾ ਰਹਿਣ ਸਿਰਾ ਕਰ ਰਿਹਾ ਹੈ। ਸੋ ਇਹਨਾਂ ਦੇ ਜੋ ਪੁੱਤਰ ਸਰਦਾਰ ਦਿਆਵਰ ਸਿੰਘ ਜੀ ਗਰੇਵਾਲ ਜਿਹੜੇ ਸਾਡੇ ਮਿੱਤਰ ਵੀ ਨੇ ਅਤੇ ਇਹਨਾਂ ਦੀ ਬੇਟੀ ਜੋ ਮਨਦੀਪ ਕੌਰ ਉਹ ਇੰਗਲੈਂਡ ਵਿੱਚ ਕਾਫੀ ਲੰਬੇ ਸਮੇਂ ਤੋਂ ਰਹਿੰਦੇ ਨੇ। ਇਹਨਾਂ ਦਾ ਪੋਤਰਾ ਸਰਦਾਰ ਗੁਰਪ੍ਰੀਤ ਸਿੰਘ ਜੀ ਅਤੇ ਪੋਤਰੋਂ ਸਿਮਰਪ੍ਰੀਤ ਕੌਰ ਜੀ ਇਹ ਆਸਟ੍ਰੇਲੀਆ ਵਿੱਚ ਰਹਿੰਦੇ ਨੇ ਤੇ ਇਹਨਾਂ ਦੇ ਹੁਣੇ ਹੁਣੇ ਪਿੱਛੇ ਜੇ ਪੋਤਰੀ ਦਾ ਜੱਟ ਆਇਆ ਸੀ ਇੰਦਰਵੀਰ ਕੌਰ ਦਾ ਜਿਹਨਾਂ ਨੇ ਬੀ ਕੌਮ ਅਤੇ ਲਾਸ ਕੀਤੀ ਆ ਪੰਜਾਬੀ ਯੂਨੀਵਰਸਿਟੀ ਤੋਂ ਉਹਨਾਂ ਨੇ ਵੀ ਬੜੇ ਚੰਗੇ ਨੰਬਰ ਲੈ ਕੇ ਉਹ ਪਾਸ ਹੋਏ ਸੀ ਸਿਰਫ ਇਹਨਾਂ ਦੇ ਅੰਮ ਸਮੇਂ ਤੋਂ ਥੋੜੇ ਦਿਨ ਪਹਿਲਾਂ। ਸੋ ਮੇਰੀ ਉਮਰਾਂ ਇਹ ਸੀ ਕਿ ਐਡੇ ਵੱਡੇ ਪਰਿਵਾਰ ਨੂੰ ਬੇਸ਼ੱਕ ਉਹਨਾਂ ਬਹੁਤ ਫੋਰਮੈਲਿਟੀ ਵੀ ਰਹਿੰਦਾ ਤੇ ਅੱਧਾ ਪਰਿਵਾਰ ਇਹਨਾਂ ਦਾ ਇੱਥੇ ਵੀ ਰਹਿੰਦਾ ਪਰ ਜਥੇਦਾਰ ਜੀ ਨੇ ਇੱਕ ਇਸ ਤਰ੍ਹਾਂ ਆਪਣੇ ਤੰਦਾਂ ਵਿੱਚ ਉਹਨਾਂ ਨੂੰ ਖੜੋ ਕੇ ਰੱਖਿਆ ਇਸਦੇ ਵੱਡੇ ਪਰਿਵਾਰ ਨੂੰ ਇੱਕ ਐਸੀ ਲਾਈਫਨ ਰੇਖਾ ਦੇ ਅੰਦਰ ਰੱਖਿਆ ਉਹਨਾਂ ਨੂੰ ਗੁਰਸਿੱਖੀ ਤੋਂ ਬਾਹਰ ਨਹੀਂ ਜਾਣ ਦਿੰਦਾ। ਇਹ ਵੱਡਾ ਪ੍ਰਗਟਾਵਾ ਸਾਡੇ ਸਮਾਜ ਲਈ ਇੱਕ ਨਿਊਜ਼ ਪੱਤਰ ਵੀ ਆ ਇੱਕ ਸੇਧ ਵੀ ਆ ਵੀ ਐਡੇ ਵੱਡੇ ਜੀਆਂ ਨੂੰ ਇੱਕ ਸਿੱਖੀ ਨਾਲ ਜੋੜ ਕੇ ਰੱਖਣਾ। ਅਸੀਂ ਅੱਜ ਸਵੇਰੇ ਸਾਡੇ ਦੋਸਤ ਸਰਦਾਰ ਦਿਆਵਰ ਸਿੰਘ ਜੀ ਅਤੇ ਉਹਨਾਂ ਦੇ ਭਰਾਵਾਂ ਨਾਲ ਦੁੱਖ ਸਾਂਝਾ ਕਰਨ ਆਏ ਸੀ। ਬੜਾ ਮਨ ਨੂੰ ਖੁਸ਼ੀ ਹੋਈ ਜਦੋਂ ਸਾਰੇ ਪਰਿਵਾਰ ਨੂੰ ਉਹਨਾਂ ਦੇ ਸਰੂਪ ਨੂੰ ਉਹਨਾਂ ਦੇ ਬਾਣੇ ਨੂੰ ਅਸੀਂ ਦੇਖਿਆ ਕਿ ਜੀ ਗੁਰੂ ਦੇ ਨਾਲ ਮਿਲਿਆ ਆਇਆ ਤੇ ਗੁਰੂ ਦੇ ਬਾਣੇ 'ਚ ਤੇ ਗੁਰੂ ਦੇ ਬਾਣੇ 'ਚ ਰਹਿੰਦਾ ਇਹ ਅੱਜ ਕੱਲ੍ਹ ਦੇ ਸਮੇਂ ਲਈ ਇੱਕ ਬਹੁਤ ਵੱਡੀ ਸੇਧ ਹੈ। ਸੋ ਮੈਂ ਇਹਨਾਂ ਨੂੰ ਪੁੱਛਿਆ ਕਿ ਇਹ ਜੋ ਸ੍ਰੀਮਾਨ ਜਥੇਦਾਰ ਭੁਪਿੰਦਰ ਸਿੰਘ ਜੀ ਦੀ ਅੰਤਮ ਅਰਦਾਸ ਦੇ ਸ਼ਾਮਲ ਹੋਣ ਵਾਸਤੇ ਗੁਰੂ ਚਰਨਾਂ ਵਿੱਚ ਸਾਰੇ ਸਾਡੇ ਅਤੀ ਸਤਿਕਾਰਯੋਗ ਜਥੇਦਾਰ ਭੁਪਿੰਦਰ ਸਿੰਘ ਜੀ ਦੀ ਅੰਤਮ ਅਰਦਾਸ ਦੀ ਤਰ੍ਹਾਂ ਆਪਾਂ ਸਾਰਿਆਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ